ਸਤਿ ਸ਼੍ਰੀ ਅਕਾਲ ਜੀ, ਕੇਕ ਕੁਕਿੰਗ ਚੈਨਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਅਸੀਂ ਬਣਾਵਾਂਗੇ ਚਨੇ ਦਾਲ ਅਤੇ ਪਾਲਕ। ਸਾਡੇ ਕੋਲ ਪਾਲਕ ਹੈ ਜੀ, ਇੱਕ ਕਟੋਰੀ ਛੋਲੇ ਦੀ ਦਾਲ ਹੈ। ਪਾਲਕ ਪਾ ਰਹੇ ਹਾਂ ਵਿੱਚ, ਇਹਨੂੰ ਪਾਲਕ ਨੂੰ ਆਪਾਂ ਧੋ ਕੇ ਰੱਖਿਆ ਹੋਇਆ ਸੀ। ਹੁਣ ਪਾ ਰਹੇ ਆਪਾਂ ਛੋਲੇ ਦਾਲ, ਇਹ ਆਪਾਂ ਧੋ ਕੇ ਅਤੇ ਭਿਉਂ ਕੇ ਰੱਖੀ ਸੀ 15 ਮਿੰਟ ਲਈ। ਇੱਕ ਚਮਚਾ ਆਪਾਂ ਨਮਕ ਦਾ ਪਾ ਰਹੇ ਇਹਦੇ 'ਚ, ਇੱਕ ਛੋਟਾ ਚਮਚਾ ਆਪਾਂ ਤੇਲ ਦਾ ਪਾ ਰਹੇ ਹਾਂ। ਪਾਲਕ ਦੀ ਦਾਲ ਸਾਡੀ ਤਿਆਰ ਹੈ ਜੀ, ਉਬਲ ਕੇ। ਹੁਣ ਆਪਾਂ ਲਾਵਾਂਗੇ ਤੜਕਾ ਚਮਚੇ ਜੀਰੇ ਦਾ। ਲਾਲ ਹੋ ਗਿਆ, ਹੁਣ ਆਪਾਂ ਪਾਵਾਂਗੇ ਜੀ ਟਮਾਟਰ। ਹਲਦੀ ਵਿੱਚ ਪਹਿਲਾਂ ਪਾਈ ਹੋਈ ਹੈ, ਥੋੜ੍ਹੀ ਜਿਹੀ ਪਾਵਾਂਗੇ। ਗਰਮ ਮਸਾਲੇ ਦਾ ਇੱਕ ਚਮਚਾ ਪਾਵਾਂਗੇ। ਸਵਾਦ ਅਨੁਸਾਰ ਪਹਿਲਾਂ ਪਾਇਆ ਹੋਇਆ ਆਪਾਂ ਉਹ ਵੀ ਥੋੜ੍ਹਾ ਜਿਹਾ ਦੋ ਤਿੰਨ ਮਿੰਟ ਲਈ ਨਾ ਬਿਲਕੁਲ ਥੋੜ੍ਹੀ ਜਿਹੀ ਸਟੀਮ ਦੇ ਦਈਏ ਤਾਂ ਕਿ ਥੋੜ੍ਹੀ ਸਕਦੇ ਜੀ। ਬਾਕੀ ਤੁਹਾਨੂੰ ਪਸੰਦ ਆ ਵੀ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਧੰਨਵਾਦ ਜੀ।